ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਹਰ ਪਾਸੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਵੀ ਜੋਸ਼ ਨਜ਼ਰ ਆਉਂਦਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਨਿਰਾਸ਼ ਕਰ ਸਕਦੀਆਂ ਨੇ, ਕਿਉਂਕਿ ਇੱਥੇ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਕੁਝ ਬੱਚੇ ਬੇਹੋਸ਼ ਹੋ ਗਏ ਨੇ। ਸਕੂਲ ਦੇ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਪਰੇਡ ਹੋ ਰਹੀ ਸੀ, ਫੰਕਸ਼ਨ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਕੁਝ ਬੱਚੇ ਗਰਾਊਂਡ ਦੇ ਵਿੱਚ ਹੀ ਗਰਮੀ ਦੇ ਨਾਲ ਇਸ ਕਦਰ ਬੇਹਾਲ ਹੋ ਗਏ ਕਿ ਉੱਥੇ ਹੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਚੁੱਕ ਕੇ ਸਾਈਡ ਤੇ ਲਿਜਾਂਦਾ ਗਿਆ, ਪਾਣੀ ਪਿਲਾਇਆ ਗਿਆ। ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਬੱਚੇ ਬਿਲਕੁਲ ਤਿਆਰ ਬੈਠੇ ਹੋਏ ਨੇ ਆਪੋ ਆਪਣੇ ਪ੍ਰੋਗਰਾਮ ਪੇਸ਼ ਕਰਨ ਦੇ ਲਈ, ਪਰ ਪੱਖੀਆਂ ਵੀ ਚੱਲ ਰਹੇ ਨੇ, ਕੋਈ ਰੁਮਾਲ ਨਾਲ, ਕੋਈ ਚੁੰਨੀ ਨਾਲ ਤੇ ਕੋਈ ਪੱਖੀਆਂ ਫੜ ਕੇ ਚੱਲ ਰਿਹਾ ਹੈ ਤੇ ਗਰਮੀ 'ਚ ਕੁਝ ਰਾਹਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇੱਥੇ ਸਕੂਲ ਦੇ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਨਾ ਬੱਚਿਆਂ ਦੇ ਲਈ, ਜਿਸ ਕਰਕੇ ਉਹ ਗਰਮੀ ਦੇ ਵਿੱਚ ਇਸ ਕਦਰ ਬੇਹਾਲ ਹੋ ਗਏ ਕਿ ਬੇਹੋਸ਼ ਹੋ ਕੇ ਗਰਾਊਂਡ ਦੇ ਵਿੱਚ ਹੀ ਡਿੱਗ ਗਏ। ਤਸਵੀਰਾਂ ਬਾਬਾ ਬਕਾਲਾ ਦੀਆਂ ਨੇ, ਜਿੱਥੇ ਸਕੂਲੀ ਬੱਚੇ ਇਸ ਪਰੇਡ ਦੇ ਵਿੱਚ ਸ਼ਾਮਲ ਹੋ ਰਹੇ ਸਨ, ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਸਨ, ਤਾਂ ਗਰਮੀ ਇਸ ਕਦਰ ਵਧੀ ਹੋਈ ਸੀ ਕਿ ਬੱਚੇ ਬੇਹੋਸ਼ ਹੋ ਗਏ। ਇੱਥੇ ਕੁਝ ਬੱਚੇ ਤਾਂ ਪਾਣੀ ਨੂੰ ਵੀ ਤਰਸਦੇ ਨਜ਼ਰ ਆਏ ਨੇ, ਨਾ ਤਾਂ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਸੀ ਤੇ ਨਾ ਹੀ ਬੱਚਿਆਂ ਦੇ ਲਈ ਗਰਮੀ ਤੋਂ ਰਾਹਤ ਲਈ ਕੋਈ ਇੰਤਜ਼ਾਮ ਸੀ, ਜਿਸ ਕਰਕੇ ਬੱਚਿਆਂ ਨੂੰ ਇੱਥੇ ਮੁਸ਼ਕਲ ਝੇਲਣੀ ਪਈ ਹੈ। ਆਜ਼ਾਦੀ ਦਿਹਾੜੇ ਤੇ ਜਿੱਥੇ ਬੱਚਿਆਂ ਦੇ ਵਿੱਚ ਜੋਸ਼ ਹੋਣਾ ਚਾਹੀਦਾ ਸੀ, ਤਾਂ ਚਿਹਰੇ ਦੇਖੋ ਇਹਨਾਂ ਬੱਚਿਆਂ ਦੇ ਕਿਸ ਤਰ੍ਹਾਂ ਮੁਰਝਾਏ ਹੋਏ ਨੇ ਸਿਰਫ ਗਰਮੀ ਦੇ ਕਾਰਨ, ਜਿਸ ਦਾ ਇਸ ਗਰਾਊਂਡ ਦੇ ਵਿੱਚ ਸਕੂਲ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਹਰ ਪਾਸੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਵੀ ਜੋਸ਼ ਨਜ਼ਰ ਆਉਂਦਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਨਿਰਾਸ਼ ਕਰ ਸਕਦੀਆਂ ਨੇ, ਕਿਉਂਕਿ ਇੱਥੇ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਕੁਝ ਬੱਚੇ ਬੇਹੋਸ਼ ਹੋ ਗਏ ਨੇ। ਸਕੂਲ ਦੇ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਪਰੇਡ ਹੋ ਰਹੀ ਸੀ, ਫੰਕਸ਼ਨ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਕੁਝ ਬੱਚੇ ਗਰਾਊਂਡ ਦੇ ਵਿੱਚ ਹੀ ਗਰਮੀ ਦੇ ਨਾਲ ਇਸ ਕਦਰ ਬੇਹਾਲ ਹੋ ਗਏ ਕਿ ਉੱਥੇ ਹੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਚੁੱਕ ਕੇ ਸਾਈਡ ਤੇ ਲਿਜਾਂਦਾ ਗਿਆ, ਪਾਣੀ ਪਿਲਾਇਆ ਗਿਆ। ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਬੱਚੇ ਬਿਲਕੁਲ ਤਿਆਰ ਬੈਠੇ ਹੋਏ ਨੇ ਆਪੋ ਆਪਣੇ ਪ੍ਰੋਗਰਾਮ ਪੇਸ਼ ਕਰਨ ਦੇ ਲਈ, ਪਰ ਪੱਖੀਆਂ ਵੀ ਚੱਲ ਰਹੇ ਨੇ, ਕੋਈ ਰੁਮਾਲ ਨਾਲ, ਕੋਈ ਚੁੰਨੀ ਨਾਲ ਤੇ ਕੋਈ ਪੱਖੀਆਂ ਫੜ ਕੇ ਚੱਲ ਰਿਹਾ ਹੈ ਤੇ ਗਰਮੀ 'ਚ ਕੁਝ ਰਾਹਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇੱਥੇ ਸਕੂਲ ਦੇ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਨਾ ਬੱਚਿਆਂ ਦੇ ਲਈ, ਜਿਸ ਕਰਕੇ ਉਹ ਗਰਮੀ ਦੇ ਵਿੱਚ ਇਸ ਕਦਰ ਬੇਹਾਲ ਹੋ ਗਏ ਕਿ ਬੇਹੋਸ਼ ਹੋ ਕੇ ਗਰਾਊਂਡ ਦੇ ਵਿੱਚ ਹੀ ਡਿੱਗ ਗਏ। ਤਸਵੀਰਾਂ ਬਾਬਾ ਬਕਾਲਾ ਦੀਆਂ ਨੇ, ਜਿੱਥੇ ਸਕੂਲੀ ਬੱਚੇ ਇਸ ਪਰੇਡ ਦੇ ਵਿੱਚ ਸ਼ਾਮਲ ਹੋ ਰਹੇ ਸਨ, ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਸਨ, ਤਾਂ ਗਰਮੀ ਇਸ ਕਦਰ ਵਧੀ ਹੋਈ ਸੀ ਕਿ ਬੱਚੇ ਬੇਹੋਸ਼ ਹੋ ਗਏ। ਇੱਥੇ ਕੁਝ ਬੱਚੇ ਤਾਂ ਪਾਣੀ ਨੂੰ ਵੀ ਤਰਸਦੇ ਨਜ਼ਰ ਆਏ ਨੇ, ਨਾ ਤਾਂ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਸੀ ਤੇ ਨਾ ਹੀ ਬੱਚਿਆਂ ਦੇ ਲਈ ਗਰਮੀ ਤੋਂ ਰਾਹਤ ਲਈ ਕੋਈ ਇੰਤਜ਼ਾਮ ਸੀ, ਜਿਸ ਕਰਕੇ ਬੱਚਿਆਂ ਨੂੰ ਇੱਥੇ ਮੁਸ਼ਕਲ ਝੇਲਣੀ ਪਈ ਹੈ। ਆਜ਼ਾਦੀ ਦਿਹਾੜੇ ਤੇ ਜਿੱਥੇ ਬੱਚਿਆਂ ਦੇ ਵਿੱਚ ਜੋਸ਼ ਹੋਣਾ ਚਾਹੀਦਾ ਸੀ, ਤਾਂ ਚਿਹਰੇ ਦੇਖੋ ਇਹਨਾਂ ਬੱਚਿਆਂ ਦੇ ਕਿਸ ਤਰ੍ਹਾਂ ਮੁਰਝਾਏ ਹੋਏ ਨੇ ਸਿਰਫ ਗਰਮੀ ਦੇ ਕਾਰਨ, ਜਿਸ ਦਾ ਇਸ ਗਰਾਊਂਡ ਦੇ ਵਿੱਚ ਸਕੂਲ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਹਰ ਪਾਸੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵਿੱਚ ਵੀ ਜੋਸ਼ ਨਜ਼ਰ ਆਉਂਦਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਨਿਰਾਸ਼ ਕਰ ਸਕਦੀਆਂ ਨੇ, ਕਿਉਂਕਿ ਇੱਥੇ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਕੁਝ ਬੱਚੇ ਬੇਹੋਸ਼ ਹੋ ਗਏ ਨੇ। ਸਕੂਲ ਦੇ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਪਰੇਡ ਹੋ ਰਹੀ ਸੀ, ਫੰਕਸ਼ਨ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਕੁਝ ਬੱਚੇ ਗਰਾਊਂਡ ਦੇ ਵਿੱਚ ਹੀ ਗਰਮੀ ਦੇ ਨਾਲ ਇਸ ਕਦਰ ਬੇਹਾਲ ਹੋ ਗਏ ਕਿ ਉੱਥੇ ਹੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਚੁੱਕ ਕੇ ਸਾਈਡ ਤੇ ਲਿਜਾਂਦਾ ਗਿਆ, ਪਾਣੀ ਪਿਲਾਇਆ ਗਿਆ। ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਬੱਚੇ ਬਿਲਕੁਲ ਤਿਆਰ ਬੈਠੇ ਹੋਏ ਨੇ ਆਪੋ ਆਪਣੇ ਪ੍ਰੋਗਰਾਮ ਪੇਸ਼ ਕਰਨ ਦੇ ਲਈ, ਪਰ ਪੱਖੀਆਂ ਵੀ ਚੱਲ ਰਹੇ ਨੇ, ਕੋਈ ਰੁਮਾਲ ਨਾਲ, ਕੋਈ ਚੁੰਨੀ ਨਾਲ ਤੇ ਕੋਈ ਪੱਖੀਆਂ ਫੜ ਕੇ ਚੱਲ ਰਿਹਾ ਹੈ ਤੇ ਗਰਮੀ 'ਚ ਕੁਝ ਰਾਹਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।
ਵੱਡੀ ਗੱਲ ਇਹ ਹੈ ਕਿ ਇੱਥੇ ਸਕੂਲ ਦੇ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਇਹਨਾਂ ਬੱਚਿਆਂ ਦੇ ਲਈ, ਜਿਸ ਕਰਕੇ ਉਹ ਗਰਮੀ ਦੇ ਵਿੱਚ ਇਸ ਕਦਰ ਬੇਹਾਲ ਹੋ ਗਏ ਕਿ ਬੇਹੋਸ਼ ਹੋ ਕੇ ਗਰਾਊਂਡ ਦੇ ਵਿੱਚ ਹੀ ਡਿੱਗ ਗਏ। ਤਸਵੀਰਾਂ ਬਾਬਾ ਬਕਾਲਾ ਦੀਆਂ ਨੇ ਜਿੱਥੇ ਸਕੂਲੀ ਬੱਚੇ ਇਸ ਪਰੇਡ ਦੇ ਵਿੱਚ ਸ਼ਾਮਲ ਹੋ ਰਹੇ ਸਨ, ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਸਨ, ਤਾਂ ਗਰਮੀ ਇਸ ਕਦਰ ਵਧੀ ਹੋਈ ਸੀ ਕਿ ਬੱਚੇ ਬੇਹੋਸ਼ ਹੋ ਗਏ। ਇੱਥੇ ਕੁਝ ਬੱਚੇ ਤਾਂ ਪਾਣੀ ਨੂੰ ਵੀ ਤਰਸਦੇ ਨਜ਼ਰ ਆਏ ਨੇ, ਨਾ ਤਾਂ ਇੱਥੇ ਪੀਣ ਵਾਲੇ ਪਾਣੀ ਦਾ ਕੋਈ ਇੰਤਜ਼ਾਮ ਸੀ ਤੇ ਨਾ ਹੀ ਬੱਚਿਆਂ ਦੇ ਲਈ ਗਰਮੀ ਤੋਂ ਰਾਹਤ ਲਈ ਕੋਈ ਇੰਤਜ਼ਾਮ ਸੀ, ਜਿਸ ਕਰਕੇ ਬੱਚਿਆਂ ਨੂੰ ਇੱਥੇ ਮੁਸ਼ਕਲ ਝੇਲਣੀ ਪਈ ਹੈ। ਆਜ਼ਾਦੀ ਦਿਹਾੜੇ ਤੇ ਜਿੱਥੇ ਬੱਚਿਆਂ ਦੇ ਵਿੱਚ ਜੋਸ਼ ਹੋਣਾ ਚਾਹੀਦਾ ਸੀ, ਤਾਂ ਚਿਹਰੇ ਦੇਖੋ ਇਹਨਾਂ ਬੱਚਿਆਂ ਦੇ ਕਿਸ ਤਰ੍ਹਾਂ ਮੁਰਝਾਏ ਹੋਏ ਨੇ ਸਿਰਫ ਗਰਮੀ ਦੇ ਕਾਰਨ, ਜਿਸ ਦਾ ਇਸ ਗਰਾਊਂਡ ਦੇ ਵਿੱਚ ਸਕੂਲ ਦੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ।